ਸਾਹਿਬ ਇਮਰਾਨ ਸਾਹਿਬ ਸਰਕਾਰ ਨੇ ਲਿਖਿਆ ਸੀ ਯਾਦਾਂ ਯਾਦਾਂ ਵਿੱਚ ਉਹ ਗੁਜ਼ਾਰ ਬੈਠਾ ਯਾਦਾਂ ਯਾਦਾਂ ਵਿੱਚ ਉਹ ਗੁਜ਼ਾਰ ਬੈਠਾ ਸ਼ਾਇਦ ਥੋੜੀ ਜੀ ਚਾਹ ਸੀ ਸਾੜੇ ਕਿ ਹੋਰ ਲਵਾਈ ਤੇ ਰਹਿਣੇ ਕਬਰੀਲਾ ਕਿਉਂਕਿ ਕੁਝ ਟਾਈਮ ਹੋਣਾ ਕੁਝ ਮਾਹੌਲ ਹੋਣੇ ਜਿੱਥੇ ਸ਼ਿਰਫਾਨੀ ਦੀਆਂ ਮਹਿਫਲਾਂ ਸਜਣੀਆਂ ਹੋਣਾ ਲੈ ਕੇ ਘੜੇ ਸਤਾਰ ਪਠਵਾਰ ਵੈਲੇ ਜਾਂ ਵੀ ਮਹਿਫਲ ਸਜਾ ਸਣ ਤੋਂ ਯਾਦ ਆ ਸੇ ਕੁਝ ਲੋਕਾਂ ਦੀਆਂ ਯਾਦਾਂ ਆ ਜਾਣੀਆਂ ਤੋ ਇਹ ਮਾਹੌਲ ਵੀ ਐਸਾ ਆ ਕਿ ਇਹ ਮਜੋਠਾ ਪ੍ਰੋਗਰਾਮ ਆ ਤੇ ਜਿਸ ਹਸਤੀ ਚ ਮੈਂ ਸਭ ਤੋਂ ਪਹਿਲ ਸਮਝਣਾ ਸਾਂ ਉਹ ਮਹਿਫਲ ਚ ਮੌਜੂਦ ਨੇ ਤੇ ਮਹਿਫਲਾ ਯਾਦ ਤਾਂ ਜ਼ਰੂਰ ਹਸਤੀ ਹੋਣੀ ਤਾਂ ਸਰਕਾਰ ਆਖਿਆ ਮੁਨਾਫਕ ਬੰਦਾ ਹੋਣਾ ਮਾਰੋ ਅੱਜ ਨੇ ਦੌਰ ਨੇ ਅਸਾਂ ਉਹ ਪਰਾਇਆ ਜਿਹੜੇ ਇੱਕ ਦੂਏ ਦੀ ਗੱਲ ਦਾ ਮਹਿਸੂਸ ਕਰਨਾ ਕੋਈ ਮਸਲਾ ਨਹੀਂ ਐਸੇ ਅਪੀਲ ਕਰੋ ਜਿਸ ਸਾਡੇ ਪੁਰਾਣੇ ਕਰਨੇ ਹੋਣੇ ਸੀ ਜੀ ਕਿਆ ਕਰਾਂ ਮਾਲੇ ਪੀਰਾਂ ਦਾ ਪੁੱਤਰ ਜੀ ਆ ਦੇਖੋ ਪੁਰਾਣਾ ਦਾ ਬੰਦਾ ਅੱਲਾ ਸਲਾਮਤ ਰੱਖੇ ਦੱਸੋ ਜੀ ਤੋ ਕੁਰੇਸ਼ ਸਾਹਿਬ ਆਣੇ
फिर बुजुर्गों ने याद एक चाचे अजी शौकत साहब पर ने खसूस चाहत और मास्टर उमर फारूक साहब ने चाहते हैं बुजुर्गों ने याद जिन्हों फरमाइश की ये शेर तो सरकार ने सह फरमाया तो कुरैशी मजीद अकी साहब सरकार से हारे